ਜੁਗੋ ਜੁਗਟਾਲ ਸ਼ਬਦ ਸਤ ਗੁਰੂ ਜ਼ਾਹਿਰ ਪਾਦਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੇਵ ਪਾਸ਼ਾ ਜੀ ਦੀ ਅਪਰਪਾਰ ਬਖਸ਼ਿਸ਼ ਸਿਰ ਸਮੇਂ ਸੰਗਤੀਆਂ ਕੜੀਆਂ ਸੀ ਪ੍ਰਾਪਤ ਕੀਤੀਆਂ ਨੇ ਗੁਰਦੁਆਰਾ ਸਾਹਿਬ ਜੀ ਦੇ ਪਾਵਨ ਦੀਵਾਨ ਵਿੱਚ ਆਸਾ ਕੀ ਬਾਣੀ ਦਾ ਸੰਪੂਰਨ ਕੀਰਤਨ ਹੋਇਆ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਪਵਿੱਤਰ ਪਾਵਨ ਗੁਰਵਾਖ ਗੁਰਬਚਨ ਅਜੇ ਹੁਣੇ ਅਸੀਂ ਪਾਠ ਰੂਪ ਵਿੱਚ ਸਰਵਨ ਕੀਤਾ ਜਿਵੇਂ ਕਿ ਆਪ ਅਰਦਾਸ ਵਿੱਚ ਸਰੂਤ ਕਰ ਰਹੇ ਸੀ ਅੱਜ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸਰਬੰਸਤਾਨੀ ਦਸ਼ਮੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ ਸੋ ਅਸੀਸ ਗੁਰਪੁਰਬ ਦੀ ਪਾਵਨ ਸਵੇਰ ਤੇ ਵੀ ਗੁਰੂ ਹਜ਼ੂਰ ਹੋਰ ਹਾਜ਼ਰ ਹੋ ਪਾ ਰਹੇ ਆ ਵਡਭਾਗੀਆਂ ਹੁਕਮਨਾਮੇ ਦਾ ਬਚਨ ਆਪਨੇ ਸਰਵਨ ਕਰ ਲਿਆ ਹੈ ਹੁਣ ਅਗਲੇ ਰੇਣ ਦੇ ਸਮੇਂ ਚ ਨਾ ਗੁਰਵਾਕਾਂ ਦੀ ਸੀ ਤਕਰੀਰ ਵਿਚਾਰ ਕਰਾਂਗੇ ਆਓ ਰਸਮੀ ਟੰਗ ਦੇ ਨਾਲ ਵਿਚਾਰ ਪ੍ਰారంਭ ਕਰੀਏ ਸਭ ਤੋਂ ਪਹਿਲਾਂ ਖਾਕਸਾਰ ਦੁਆਰਾ ਬੁਲਾਈ ਗਈ ਫਤਿਹ ਪ੍ਰਵਾਨ ਹੋਏ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪਾਵਨ ਗੁਰੂ ਹੁਕਮ ਰਾਗ ਵਢੰਸ ਵਿੱਚੋਂ ਆ ਰਿਹਾ ਹੈ ਮਹਲਾ ਤੀਜਾ ਗੁਰੂ ਅਮਰਦਾਸ ਪਾਤਸ਼ਾਹ ਨਾਨਕ ਜੋਤ ਦੇ ਤੀਸਰੇ ਜਾਨਸ਼ੀਨ ਤੀਸਰਾ ਜਾਮਾ ਇਸ ਬਚਨ ਨੂੰ ਉਚਾਰ ਰਿਹਾ ਹੈ ਛੋਟ ਆਕਾਰੀ ਪੰਕਤੀਆਂ ਦਾ ਚਉਪਦਿਆਂ ਦਾ ਇਹ ਬਚਨ ਹੈ ਵਿਚਾਰ ਰਹਾਉ ਦੇ ਬੰਦ ਤੋਂ ਪ੍ਰారంਭ ਕਰ ਰਹੇ ਹਾਂ ਗੁਰਦੇਵ ਜ਼ਿਕਰ ਕਰਦੇ ਨੇ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨਿਭ ਹੈ ਚੱਲੇ ਤੇਰੇ ਨਾਲ ਰਹਾ ਗੁਰਮੁਖ ਮਨ ਮੇਰੇ ਨਾਮ ਸੰਭਾਲ ਜੇ ਆਪਾਂ ਐਜ਼ ਥੀਸ ਲੈਟਰਸ ਆਰ ਸਪੈਲਡ ਜਿਵੇਂ ਸਪੈਲਿੰਗ ਉਹਨਾਂ ਦੇ ਆ ਰਹੇ ਨੇ ਉਹਨਾਂ ਨੂੰ ਦੇਖਦੇ ਹਾਂ ਧਿਆਨ ਦੇ ਨਾਲ ਦਨ ਯੂ ਕੈਨ ਸੀ ਜਿਹੜਾ ਮਨ ਲਫ਼ਜ਼ ਆ ਮਮਾ ਉਸ ਤੋਂ ਬਾਅਦ ਨੰਨਾ ਨੂੰ ਕੋਈ ਮਾਤਰਾ ਨਹੀਂ ਹੈਗਾ ਕੋਈ ਵਾਵਲ ਨਹੀਂ ਹੈਗਾ ਉਹਦੇ ਨਾਲ ਨਾ ਸਿਹਾਰੀ ਨਾ ਔਂਕੜ ਸੁਣ दैट ਵੇ ਇਟ ਸ਼ੋਜ਼ ਅਸ ਕਿ ਇਹ ਜਿਹੜਾ ਮਨ ਸ਼ਬਦ ਆ ਇਹ ਮਨ ਨੂੰ ਐਡਰੈਸ ਕੀਤਾ ਗਿਆ ਹੈ ਸੰਬੋਧਨ ਕੀਤਾ ਗਿਆ ਸੋ ਬਾਬਾ ਜੀ ਆਪਣੀ ਕੌਂਸ਼ੀਅਸ ਨੂੰ ਆਪਣੀ ਚੇਤਨਾ ਨੂੰ ਐਡਰੈਸ ਕਰਦੇ ਸਾਨੂੰ ਸਮਝਾਉਂਦੇ ਅਸੀਂ ਆਪਣੀ ਚੇਤਨਾ ਨੂੰ ਐਡਰੈਸ ਕਰੀਏ ਅਸੀਂ ਆਪਣੇ ਮਨ ਨੂੰ ਆਵਾਜ਼ ਦਈਏ ਕਿਹਾ ਮਨ ਉਹ ਮੇਰੇ ਮਨ ਉਹ ਮੇਰੀ ਕੌਂਸ਼ੀਅਸ ਗੁਰਮੁਖ ਨਾਮ ਸੰਭਾਲ ਹੇ ਮੇਰੇ ਮਨ ਤੂੰ ਨਾ ਗੁਰੂ ਵਾਲੇ ਪਾਸੇ ਮੂੰਹ ਕਰ ਗੁਰਮੁਖ ਹੋਣ ਦਾ ਮਤਲਬ ਹੈ ਕਿ ਜਦੋਂ ਅਸੀਂ ਗੁਰੂ ਅਨੁਸਾਰੀ ਹੋਣ ਵਾਸਤੇ ਆਪਣੇ ਆਪ ਨੂੰ ਤਿਆਰ ਕਰਦੇ ਹਾਂ ਵੈਨ ਵੀ ਆਰ ਗੈਟਿੰਗ ਰੈਡੀ ਟੂ ਲਿਵ ਆਵਰ ਲਾਈਵਸ ਅਕੋਰਡਿੰਗ ਟੂ ਗੁਰੂਜ਼ ਸਕੂਲ ਆਫ ਥੌਟ ਥੈਟ ਮੀਨ ਵੀ ਆਰ ਗੁਰਮੁਖ ਉਸ ਰੂਪ ਵਿੱਚ ਬਾਤ ਕੀਤੀ ਗਈ ਹੈ ਮੇਰੇ ਮਨਾ ਆਪਾਂ ਗੁਰਮੁਖ ਹੋਣਾ ਆ ਆਪਾਂ ਮੂੰਹ ਗੁਰੂ ਵਾਲੇ ਪਾਸੇ ਕਰਨਾ ਆ ਆਪਾਂ ਗੁਰੂ ਵਾਲੇ ਪਾਸੇ ਮੂੰਹ ਕਰਕੇ ਨਾਮ ਦੀ ਸੰਭਾਲ ਕਰਨੀ ਹੈ ਹੁਣ ਇਸ ਤਰੀਕੇ ਨਾਲ ਦੇਖੋ ਸਾਇਹ ਮਹਾਰਾਜ ਬਾਣੀ ਚ ਵਾਰ-ਵਾਰ ਇਹ ਅਹਿਸਾਸ ਕਰਾਉਂਦੇ ਕਿ ਮਨਾ ਤੇਰੇ ਵਾਸਤੇ ਜੋ ਨਾਮ ਦੀ ਮਹਿਮਾ ਹੈ ਇਹ ਅਲਾਹੀ ਹੈ ਇਹ ਅਲਟੀਮੇਟ ਹੈ ਅਗੰਮੀ ਹੈ ਇਸ ਤੋਂ ਤੂੰ ਟੁੱਟਣਾ ਆਪਣੇ ਆਪ ਨੂੰ ਦੂਰ ਨਾ ਲੈ ਕੇ ਜਾ ਈਵਨ ਇੱਥੋਂ ਤੱਕ ਵੀ ਬਚਨ ਕਹੇ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਜਿਨਾ ਨੌ ਨਿਧਾ ਨੂੰ ਬੰਦਾ ਲੱਭ ਰਿਹਾ ਧਰਤੀ ਤੇ ਖਜਾਨੇ ਦੌਲਤ ਸਭ ਤੋਂ ਵੱਡੀ ਸਰਮਾਇਦਾਰੀ ਮਹਾਰਾਜ ਕਹਿੰਦੇ ਉਹ ਸੋਨੇ ਚਾਂਦੀ ਆ ਹੋਰ ਰੋਕੜ ਚ ਨਹੀਂ ਹੈ ਗੱਲੇ ਚ ਬਲਕਿ ਉਹ ਤੇ ਇੱਕ ਮਨ ਦੀ ਅਵਸਥਾ ਹੈ ਬਿਆਨ ਕੀਤਾ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸ਼ਰਾਮ ਤੇ ਜਿਹੜੀ ਆ ਮਨੁੱਖਾ ਦੇਹੀ ਹੈ ਇਦੇ ਵਿੱਚ ਹੀ ਉਹ ਟਿਕੀ ਹੋਈ ਹੈ ਉਹ ਸ਼ਕਤੀ ਉਹ ਸਰਵਸਵ ਉਹ ਸਭ ਇਹਦੇ ਵਿੱਚ ਹੀ ਹੈ ਸੁਮਨਾ ਉਸ ਸ਼ਕਤੀ ਦਾ ਅਹਿਸਾਸ ਆਪਣੇ ਅੰਦਰ ਲੈ ਕੇ ਆ ਜਿਸ ਨੂੰ ਮਹਾਰਾਜ ਦੀ ਬਾਣੀ ਜਿਸ ਤਰ੍ਹਾਂ ਵੀ ਕਿਹਾ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਜਿਓ ਮਨਾ ਉਸ ਅਹਿਸਾਸ ਨੂੰ ਆਪਣੇ ਅੰਦਰ ਰੱਖ ਜੋ ਤੇਰਾ ਅਸਲ ਰੂਪ ਤੇ ਵਜੂਦ ਹੈ ਉਹ ਨਾਮ ਨਾਮ ਦੀ ਮਹਿਮਾਨ ਨਾਲ ਆਪਣੇ ਆਪ ਨੂੰ ਜੋੜ ਉਹਨਾਂ ਦੇ ਵਿੱਚ ਬੱਸ ਕੁਝ ਕਿਆ ਜਾ ਸਕਦਾ ਪਰ ਮੌਲਿਕ ਗੱਲ ਇਤਨੀ ਹੀ ਹੈ ਕਿ ਮਨ ਦੇ ਸੁਭਾਅ ਦੇ ਵਿੱਚ ਵਕਾਰ ਨੇ ਮਨ ਦੇ ਸੁਭਾਅ ਦੇ ਵਿੱਚ ਨਿਰਾਸ਼ਤਾ ਹੈ ਮਨ ਦੇ ਸੁਭਾਅ ਦੇ ਵਿੱਚ ਬਹੁਤ ਸਾਰੀ ਚਿੰਤਾ ਫਿਕਰ ਹੈ ਮਨ ਦੇ ਸੁਭਾਅ ਦੇ ਵਿੱਚ ਬਹੁਤ ਸਾਰੀ ਈਰਖਾ ਦੁਆਖ ਤੇ ਨਫਰਤ ਹੈ ਇਹ ਚੀਜ਼ਾਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਇਹ ਮਨ ਦੇ ਵਿੱਚ ਲਗਾਤਾਰਤਾ ਦੇ ਨਾਲ ਕੁੜਤਨ ਭਰਦੀਆਂ ਮਨ ਦੀ ਦੁਨੀਆ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਜਿਹੜੀ ਹੈ ਆ ਕੁੜਤਨ ਵਾਲੀ ਹਾਲਤ ਬਣੀ ਰਹਿੰਦੀ। ਬਾਬਾ ਜੀ ਕਹਿੰਦੇ ਉਸ ਤੋਂ ਬਾਹਰ ਕਿਉਂ ਨਹੀਂ ਆ ਜਾਂਦਾ। ਜਿਵੇਂ ਬਾਬਾ ਫਰੀਦ ਜੀ ਦੇ ਅਸੀਂ ਬਚਨ ਪੜ੍ਹਦੇ ਆਂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖੀਓ ਮਾਜਾ ਦੁੱਧ ਬਹੁਤ ਸਾਰੀਆਂ ਮਿੱਠੀਆਂ ਚੀਜ਼ਾਂ ਦੀ ਗਿਣਤੀ ਕੀਤੀ ਗਈ। ਕਿਆ ਸ਼ੱਕਰ ਮਿੱਠੀ ਹੈ ਖੰਡ ਮਿੱਠੀ ਹੈ ਗੁੜ ਮਿੱਠਾ ਹੈ ਸ਼ੱਕਰ ਖੰਡ ਨਿਵਾਤ ਧਨਵਾਤ ਮਿਸ਼ਰੀ ਨੂੰ ਕਿਹਾ ਗਿਆ ਗੁੜ ਮਾਖੀਆਂ ਸ਼ਹਿਦ ਹਣੀ ਬੜਾ ਮਿੱਠਾ ਆ ਮਾਝਾ ਦੁੱਧ ਦੁੱਧ ਤੇ ਵੈਸੇ ਅਸੀਂ ਇਸੇ ਤਰ੍ਹਾਂ ਤੇ ਸਮਝਦੇ ਹਾਂ ਸਵਾਦਿਸ਼ਟ ਪਦਾਰਥ ਹੁੰਦਾ ਹੈ ਪਰ ਸਾਡੇ ਉਸ ਖੇਤੇ ਦੇ ਵਿੱਚ ਮੱਝਾਂ ਦਾ ਦੁੱਧ ਗਾਵਾਂ ਦੇ ਦੁੱਧ ਨਾਲੋਂ ਮੱਝਾਂ ਦਾ ਦੁੱਧ ਜ਼ਿਆਦਾ گاੜਾ ਤੇ ਜ਼ਿਆਦਾ ਸਵਾਦਿਸ਼ਟ ਜ਼ਿਆਦਾ ਮਿੱਠਾ ਹੁੰਦਾ ਹੈ ਸਿਸ ਕਰਕੇ ਕਿਆ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਅਸੀਂ ਸਾਹਮਣੇ ਰੱਖ ਲਈਏ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖੀਓ ਮਾਜਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਭੁੱਜਣ ਦੁੱਤ ਇਹ ਸਭ ਮਿੱਠੇ ਵੀ ਇਕੱਠੇ ਕਰ ਲੈ ਜਾਣ ਪਰ ਜਿੱਥੇ ਰੱਬ ਦਾ ਨਾਮ ਆਉਂਦਾ ਆ ਉਹਦੇ ਸਾਹਮਣੇ ਸਭ ਚੀਜ਼ਾਂ ਫਿੱਕੀਆਂ ਹੋ ਜਾਂਦੀਆਂ ਸੋ ਮਨ ਦੇ ਵਿੱਚ ਜਿਹੜੀ ਮਠਾਸ ਆ ਉਹ ਸਿਰਫ ਪਦਾਰਥ ਖਾਣ ਨਾਲ ਨਹੀਂ ਪਰ ਜਾਂਦੀ ਤੁਸੀਂ ਬਹੁਤ ਸਾਰਾ ਸ਼ਹਿਦ ਖਾ ਲੋ ਤੁਸੀਂ ਬਹੁਤ ਸਾਰਾ ਦੁੱਧ ਪੀ ਲੋ ਤੁਸੀਂ ਬਹੁਤ ਸਾਰੇ ਹੋਰ ਮਿੱਠੇ ਮੇਵੇ ਵਗੈਰਾ ਛਕ ਲੋ ਤੇ ਸੋਚੋ ਕਿ ਮਨ ਦੀ ਪਿਟਰਨੈਸ ਕੁੜਤਨ ਇਹਦਾ ਜਿਹੜਾ ਇਹ ਨਫ਼ਰਤ ਵਾਲਾ ਪੱਖ ਹੈ ਘਟ ਜਾਏਗਾ ਇਹ ਨਹੀਂ ਜਾਏਗਾ ਇਹ ਤੇ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੋਂ ਜਿੱਥੇ ਰੱਬ ਦੀ ਪਾਇਆ ਜਿਹਦੀ ਜਿਹੜੀ ਉਹਦੇ ਨਾਮ ਦੀ ਪਾਇਆ ਆ ਉਹ ਤੇ ਉਹੀ ਟ੍ਰੀਟਮੈਂਟ ਕਰੇਗੀ ਉਹੀ ਇਲਾਜ ਕਰੇਗੀ ਸੋ ਸਾਈ ਭਾਚ ਉਸ ਅਹਿਸਾਸਿਤ ਕਰਾਉਂਦੇ ਕਿ ਮੇਰੇ ਮਨਾਂ ਉਹਦੇ ਨਾਲ ਜੁੜ ਜਿਹੜਾ ਸਭ ਤੋਂ ਮਿੱਠਾ ਆ ਜਿਹੜਾ ਸਭ ਤੋਂ ਸਰਵਸਵ ਖਜ਼ਾਨਾ ਆ ਤੇਰੇ ਵਾਸਤੇ ਦੌਲਤ ਆ ਬੜੀ ਵੱਡੀ ਫਿਰ ਨਾਲ ਹੀ ਪੰਕਤੀ ਹੈ ਗੁਰਮੁਖ ਮਨ ਮੇਰੇ ਨਾਮ ਸੰਭਾਲ ਸਦਾ ਨਿਭ ਹੈ ਚੱਲੇ ਤੇਰੇ ਨਾਲ ਸਦਾ ਨਿਭ ਹੈ ਚੱਲੇ ਤੇਰੇ ਨਾਲ ਇਹਨੂੰ ਇਸ ਤਰ੍ਹਾਂ ਜਾਣੋ ਕਿ ਆਮ ਕਰਕੇ ਸੰਸਾਰੀ ਲੋਕਾਂ ਸੀ ਕਹਿੰਨੇ ਆ ਕਿ ਕੁਸ਼ੀ ਜਾਇਸੀ ਆ ਨੇ ਜਿਹੜੀਆਂ ਬੰਦੇ ਦੇ ਨਾਲ ਨਹੀਂ ਚੱਲ ਸਕਦੀਆਂ ਜਿਵੇਂ ਸਪੋਜ਼ سرمਾਇਆ ਹੀ ਆ ਬੰਦੇ ਦਾ ਤੇ سرمਾਇਆ ਤੁਸੀਂ ਐਸੀ ਜਗ੍ਹਾ ਪਾ ਦਿਓ ਜਿਵੇਂ ਕਿਤੇ ਇਨਵੈਸਟਮੈਂਟ ਕਰ ਦਿਓ ਕਿਤੇ ਪ੍ਰਾਪਰਟੀਆਂ ਦੇ ਵਿੱਚ ਕਿਤੇ ਹੋਰ ਸਟਾਕਸ ਦੇ ਵਿੱਚ ਜਾਂ ਕਿਸੇ ਐਸੀ ਜਗ੍ਹਾ ਦੇ ਵਿੱਚ ਜਦੋਂ ਤੁਹਾਨੂੰ ਇੱਕਦਮ ਲੋਡ ਪਏ ਉਹ ਮؤਸਰ ਨਾ ਹੋ ਸਕੇ ਮੰਨਿਆ ਗਿਆ ਇਹ ਚੀਜ਼ ਹੁੰਦਿਆਂ ਵੀ ਤੁਹਾਡੇ ਵਾਸਤੇ ਨਾ ਹੁੰਦਿਆਂ ਵਰਗੀ ਹੈ ਇਹ ਅਕਸਰ ਦੁਨੀਆ 'ਚ ਬਾਤ ਹੁੰਦੀ ਹੈ ਫਿਰ ਲੋਕਾਂ ਨੇ ਕਿਹਾ ਨਹੀਂ ਨਹੀਂ ਅਸਲ ਵਿੱਚ ਗੱਲ ਇਹ ਹੈ ਆ ਪੈਸਾ ਗੰਡ ਤੇ ਬਾਣੀ ਕੰਠ ਇਹ ਦੋ ਚੀਜ਼ਾਂ ਹੀ ਕੰਮ ਆਉਂਦੀਆਂ ਨੇ ਜੇ ਜਿਹੜਾ ਪੈਸਾ ਤੁਹਾਡੀ ਗੰਡ ਵਿੱਚ ਤੁਹਾਡੀ ਜੇਬ ਵਿੱਚ ਆ ਤੁਹਾਡੀ ਪਾਕਟ ਵਿੱਚ ਆ ਉਹੀ ਤੁਹਾਡਾ ਆ ਬਾਕੀ ਜੇ ਕਿਤੇ ਦੂਰ ਦਰਾਡੇ ਆ ਆ ਕਿਤੇ ਤੁਸੀਂ ਕਿਸੇ ਨੂੰ ਆ ਬੋਰੋ ਕਰਨ ਵਾਸਤੇ ਦਿੱਤਾ ਆ ਕਿਸੇ ਨੂੰ ਲੈਂਡ ਕੀਤਾ ਆ ਕਿਸੇ ਰੂਪ ਤੇ ਦਿੱਤਾ ਨੈਵਰ ਕਨਸਿਡਰਸ ਯੂਅਰਸ ਕਿ ਨੈਵਰ ਨੋ ਕਦੋਂ ਆਏਗਾ ਨਾ ਆਏਗਾ ਲੋਡ ਪਏ ਕਦੋਂ ਤੁਸੀਂ ਉਸ ਨੂੰ ਵਸੂਲ ਕਰ पाओगे ਕਿ ਨਹੀਂ ਕਰ पाओगे ਸੋ ਇਸ ਰੂਪ ਵਿੱਚ ਬਾਤ ਵੀ ਆਈ ਫਿਰ ਕੀਆ ਕਿ ਚਲੋ ਇਤੇ ਫਿਰ ਵੀ ਕਿਤੇ ਨਾ ਕਿਤੇ ਪੋਸਿਬਿਲਟੀ ਹੁੰਦੀ ਹੈ ਕਿ ਵਾਪਸ ਆ ਜਾਏਗਾ ਮਿਲ ਜਾਏਗਾ ਉਸ ਰੂਪ ਦੇ ਅੰਦਰ ਪਰ ਫਿਰ ਵੀ ਹਰ ਥਾਂ ਤੇ ਇਹ ਚੀਜ਼ ਤੁਹਾਨੂੰ ਕੰਟ੍ਰਿਬਿਊਟ ਕਰੇ ਯੋਗਦਾਨ ਕਰੇ ਤੁਹਾਡੇ ਭਲੇ ਵਾਸਤੇ ਆ ਸਕੇ ਜ਼ਰੂਰੀ ਨਹੀਂ ਗਈ ਬਾਤ ਬੰਦੇ ਨੂੰ ਸਿਰਫ ਤੇ ਸਿਰਫ ਆ ਜਿਹੜੀ ਮਾਇਆ ਦੀ ਚੱਕਾ ਚਾਉਂਦਿਆ ਇਤ ਸਿੰਘ ਅੱਖਾਂ ਵਿੱਚ ਪਾ ਕੇ ਸੋਚਣਾ ਕਿ ਜੀਵਨ ਦੀ ਕੋ ਵੱਡੀ ਪ੍ਰਾਪਤੀ ਹੈ ਬਾਣੀ ਕਹਿੰਦੀ ਐਸਾ ਨਹੀਂ ਹੁੰਦਾ ਵੱਡੀ ਪ੍ਰਾਪਤੀ ਤੇ ਕੁਝ ਹੋ ਰਿਹਾ ਜਿਹੜਾ ਬਚਨ ਹੈ ਨਾ ਸਦਾ ਨਿਭ ਹੈ ਚੱਲੇ ਤੇਰੇ ਨਾਲ ਜਿਹੜੀ ਚੀਜ਼ ਸਦਾ ਨਿਭਦੀ ਤੇ ਤੇਰੇ ਨਾਲ ਵੀ ਚੱਲਦੀ ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਉਦਾਸੀ ਦੇ ਸਮੇਂ ਲਾਹੌਰ ਪਹੁੰਚੇ ਤੇ ਉਸ ਸਮਾਂ ਉਹ ਸੀਗਾ ਜਦੋਂ ਲੋਕੀ ਆਪਣੇ ਪੁਰਖਿਆਂ ਦੇ ਪ੍ਰਤੀ ਪਿਤਰਾਂ ਦੇ ਪ੍ਰਤੀ ਸਰਾਧ ਕਰਾ ਰਹੇ ਸੀਗੇ ਸੋ ਇੱਕ ਬੜਾ ਵੱਡਾ ਰਿਚੂਅਲ ਹੈ ਸਾਊਥ ਈਸ਼ੀਨ ਖਿੱਤੇ ਦੇ ਵਿੱਚ ਆਰੀਅਨ ਤੇ ਸਨਾਤਨੀ ਸੋਚ ਰੱਖਣ ਵਾਲੇ ਲੋਕ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਇਹ ਐਕਸਰਸਾਈਜ਼ ਕਰ ਰਹੇ ਨੇ ਗੁਰੂ ਬਾਬਾ ਜੀ ਨੇ ਇਸ ਸਾਰੇ ਨੂੰ ਬਾਣੀ ਦੇ ਵਿੱਚ ਜਾਂ ਭਗਤ ਸਹਿਬਾਨ ਨੇ ਅਸੀਂ ਬਚਤ ਪੜਦੇ ਹਾਂ ਜੀਵਤ ਪਿਤਰ ਨਾ ਮੰਨਣੇ ਕੋ ਮੋਏ ਸਰਾਧ ਕਰਾਈ ਜਿਉਂਦਿਆਂ ਨੂੰ ਕੋ ਪਾਣੀ ਨਹੀਂ ਪੁੱਛਦਾ ਗੁਜਰ ਜਾਣ ਤੋਂ ਬਾਅਦ ਉਹਨਾਂ ਨੂੰ ਵੱਡੇ ਵੀ ਕੀਤਾ ਜਾਂਦਾ ਵਡੇਰੇ ਵੀ ਕੀਤਾ ਜਾਂਦਾ ਫਿਰ ਮੁੜ ਕੇ ਸਾਲਾਂ ਬੱਧੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਿੰਡ ਭਰਾਏ ਜਾਂਦੇ ਉਹਨਾਂ ਦੀਆਂ ਪਤਲਾਂ ਰਖਵਾਈਆਂ ਜਾਂਦੀਆਂ ਉਹਨਾਂ ਦੇ ਬਕਾਇਦਾ ਤੌਰ ਤੇ ਸਰਾਧ ਕੀਤੇ ਜਾਂਦੇ ਸਭ ਚੀਜ਼ਾਂ ਹੁੰਦੀਆਂ ਮਹਾਰਾਜ ਕਹਿੰਦੇ ਸਭ ਰਿਚੂਅਲਿਜ਼ਮ ਹੈ ਕਰਮकांड ਹੈ ਇਹਦੇ ਚ ਕੱਢਣ ਪਾਣ ਨੂੰ ਕੁਝ ਨਹੀਂ ਹੈਗਾ ਮੁਰਾਦ ਇਹ ਬੰਦੇ ਦੀ ਇੱਕ ਬੜੀ ਅੰਧਵਿਸ਼ਵਾਸਨੀਤਾ ਦੀ ਐਕਸਰਸਾਈਜ਼ ਹੈ ਪ੍ਰੈਕਟਿਸ ਹੈ ਖੈਰ ਬਾਬਾ ਨਾਨਕ ਜੀ ਜਦੋਂ ਪਹੁੰਚੇ ਉੱਥੇ ਤੇ ਮਹਾਰਾਜ ਨੇ ਉੱਥੇ ਕੁਝ ਸੰਦੇਸ਼ ਉਚਰਿਤ ਕੀਤੇ ਮਹਾਰਾਜ ਨੇ ਕਿਹਾ ਕਿ ਚਿੱਤੇ ਰੱਖਿਆ ਜੇ ਕਿ ਜੇ ਮੁਹਾਕਾ ਕਰਮੁ ਹੈ ਕਰਮੁ ਹੈ ਪਤਰੀਂਦੇ ਅੱਗੇ ਵਸਤ ਸੇ ਜਾਣੀਐ ਪਤਰੀਂ ਚੋਰ ਕਰੇ ਵੱਡਿਆ ਹੱਥ ਦਲਾਲ ਕੈ ਮੁਸਬੀਹ ਕਰੇ ਕਿਹਾ ਜੇ ਕੋਈ ਮੁਹਾਕਾ ਕਿਸੇ ਨੂੰ ਲੁੱਟ ਠੱਗ ਕੇ ਕਿ ਤੋ ਲਿਆ ਕੇ ਤੇ ਆਪਣੇ ਪਿਤਰਾਂ ਦੇ ਨਾਂ ਦੇ ਉੱਤੇ ਦਾਨ ਕਰ ਦੇ ਜੇ ਮਹਾਕਾ ਕਰਮੋ ਹੈ ਕਰਮੋ ਹੈ ਪਿਤਰੀਂ ਦੇ ਇਹ ਮੰਨਣਾ ਪਏਗਾ ਕਿ ਆਮ ਹਾਲਤਾਂ ਦੇ ਵਿੱਚ ਜੀਵਨ ਦੀ ਆਪਣੀ ਲੋੜਾਂ ਥੋੜਾਂ ਦੀ ਪੂਰਤੀ ਬੰਦਾ ਮੁਸ਼ਕਤ ਕਰਕੇ ਬਹੁਤ ਮੁਸ਼ਕਲ ਨਾਲ ਹੀ ਪੂਰੀ ਕਰਦਾ ਹੈ ਜਿੱਥੇ ਬਹੁਤ ਜ਼ਿਆਦਾ ਲੋਕ ਵਿਖਾਵਾ ਹੋਏ ਜਿੱਥੇ ਬਹੁਤ ਜ਼ਿਆਦਾ ਸ਼ਰਮਾਏ ਦਾ ਇਸ ਕਿਸਮ ਦਾ ਮਤਲਬ ਆ ਲੋਕ اظہار ਕਰਨ ਤੇ ਵੰਡਣ ਵਾਲੇ ਦਿਵਾਲੇ ਡੈਫੀਨੇਟਲੀ ਮੰਨਣਾ ਪਏਗਾ ਕਿ ਕਿਤਨਾ ਕਿਤੋਂ ਕੁਝ ਐਕਸਟਰਾ ਲੈ ਕੇ ਆਏ ਨੇ ਤਾਂ ਹੀ ਕਰ ਪਾ ਰਹੇ ਨੇ ਆਮ ਹਾਲਤਾਂ ਦੇ ਤੇ ਸੰਸਾਰੀ ਲੋਕ ਮਸਾਂ ਆਪਣੇ ਖਰਚੇ ਆਪਣਾ ਜੀਵਨ ਹੀ ਗੁਜ਼ਰ ਕਰਦੇ ਨੇ ਅੱਜ ਦਾ ਦੌਰ ਕੁਝ ਬਦਲ ਵੀ ਗਿਆ ਆ ਕਿਉਂਕਿ ਸਰਮਾਏ ਦੀ ਥੋੜੀ ਵਧ ਜਿਹੜੀ ਹੈ ਆ ਬੰਦਾਂ ਬੰਦਿਆਂ ਦੇ ਕੋਲ ਹੋਂਦ ਹੋ ਗਈ ਹੈ ਜੇ ਪਛੋਕੜੇ ਚਲੇ ਜਾਈ ਤੇ ਐਸਾ ਨਹੀਂ ਸੀ ਹੁੰਦਾ ਬਹੁਤ ਜ਼ਿੰਦਗੀ ਆ ਇੱਕ ਤਰ੍ਹਾਂ ਦੇ ਨਾਲ ਮਤਲਬ ਬੜੇ ਅ ਬਸ ਪੂਰੀ ਪੂਰਾ ਹੀ ਨਪਦਾ ਸੀਗਾ ਪੂਰਾ ਪੂਰਾ ਹੀ ਤੁਲਦਾ ਸੀਗਾ ਹਰ ਰੂਪ ਦੇ ਵਿੱਚ ਆਰ ਪਦਾਰਥ ਦੀ ਕਮੀ ਰਹਿੰਦੀ ਸੀ ਮੋਸਟਲੀ ਤੇ ਮਗਰ ਜਿਹੜੇ ਲੋਕ ਵੱਡੇ ਆਪਣੇ ਆਪ ਨੂੰ ਅਮੀਰ ਖਵਾਉਂਦੇ ਉvarphiਤੇ ਅਮੀਰੀ ਮਾਨ ਦੇ ਮਾਨ ਦੇ ਆਪਣੇ ਪੁਰਖਾਂ ਦੇ ਨਾਂ ਦੇ ਉੱਤੇ ਵੀ ਦਾਨਪੁਨ ਦਾ ਕਾਨਸੈਪਟ ਲੈ ਕੇ ਆਉਂਦੇ ਖਾਸ ਕਰਕੇ ਪੁਜਾਰੀ ਸ਼੍ਰੇਣੀ ਲਈ ਕਿਹੋ ਜੀ ਸ਼੍ਰੇਣੀ ਜਿਹੜੀ ਸਿਰਫ ਇੱਕ ਖਾਸ ਜਾਤ ਵਿੱਚ ਹੋਣ ਕਰਕੇ ਕਿਸੇ ਦੇ ਪਿਤਰਾਂ ਦੇ ਨਾਂ ਦੇ ਪਿੰਡ ਭਰੇ ਖਾ ਸਕੇ ਉਹਨਾਂ ਤੋਂ ਦਾਨ ਲੈ ਸਕੇ ਅਧਿਕਾਰੀ ਲੋਕ ਜਿਹਦੇ ਵਿੱਚ ਬ੍ਰਾਹਮਣਿਜ਼ਮ ਸਾਰਾ ਹੁੰਦਾ ਹੈ ਗੁਰੂ ਬਾਬਾ ਜੀ ਨੇ ਕਿਹਾ ਕਿ ਕੋਈ ਮੁਹਾਕਾ ਬਣੇ ਕਿਸੇ ਦਾ ਘਰ-ਬਾਰ ਲੁੱਟੇ ਭਾਵ ਕਿਸੇ ਨੂੰ ਠੱਗੀ ਲਾਏ ਕਿਸੇ ਤਰੀਕੇ ਦੇ ਨਾਲ ਸੰਸਾਰ ਤੋਂ ਲੁੱਟ ਖੋ ਕੇ ਤੇ ਉਹ ਫਿਰ ਦਾਨ ਕਰੇ ਆਪਣੇ ਪਿਤਰਾਂ ਦੇ ਨਾਂ ਤੇ ਕਹਿੰਦੇ ਪਿਤਰ ਰਿਣ ਬੜਾ ਵੱਡਾ ਰਹਿਣਿਆ ਇਸ ਕਰਕੇ ਉਹਨਾਂ ਦਾ ਰਿਣ ਚੁਕਾਉਣ ਵਾਸਤੇ ਦਾਨ ਕਰਨਾ ਚਾਹੀਦਾ ਇਹੋ ਜਿਹਾ ਸਕੂਲ ਆਫ ਥਾਟ ਪ੍ਰਚਾਰਿਆ ਪ੍ਰਸਾਰਿਆ ਗਿਆ ਹੈ ਸ਼ਾਸਤਰਾਂ ਵਿੱਚ ਵੀ ਬੜਾ ਕੁਝ ਲਿਖਿਆ ਗਿਆ ਦੇ ਬਾਰੇ ਜ਼ਿਕਰ ਆਇਆ ਜੇ ਮੁਹਾਕਾ ਕਰਮੁ ਹੈ ਕਰਮੁ ਹੈ ਪਿਤਰੀਂ ਦੇ ਅੱਗੇ ਵਸਤ ਸੰਜਾਣੀਆਂ ਪਿਤਰੀਂ ਚੋਰ ਕਰੇ ਗੁਰੂ ਬਾਬਾ ਜੀ ਕਹਿੰਦੇ ਤੁਹਾਡੇ ਬੀਲੀਵ ਸਿਸਟਮ ਦੇ ਮੁਤਾਬਕ ਜੇ ਕਿਸੇ ਦਾ ਲੁੱਟ ਕੇ ਤੁਸੀਂ ਲਿਆ ਰਹੇ ਹੋ ਤੇ ਜਿਨ੍ਹਾਂ ਤੋਂ ਲੁੱਟਿਆ ਖੋਇਆ ਠੱਗਿਆ ਆ ਉਹਨਾਂ ਦੇ ਵੀ ਪਿਤਰ ਅੱਗੇ ਬੈਠੇ ਹੋਣਗੇ ਜੇ ਤੁਸੀਂ ਮੰਨਦੇ ਹੋ ਤੇ ਗੁਰਮਤਿ ਆਸ਼ੇ ਦੇ ਵਿੱਚ ਤੇ ਸਾਨੂੰ ਇਹ ਬਾਤ ਆ ਕਿ ਕਿਸੇ ਨੂੰ ਨਹੀਂ ਪਤਾ ਕਿੱਥੇ ਕੋਈ ਜੀ ਚਲਾ ਗਿਆ ਤੇ ਕਿੱਥੇ ਕੋਈ ਸਮਾ ਗਿਆ ਆਮ ਆ ਗਿਆ ਇਹਦੇ ਬਾਰੇ ਕੋਈ ਖਬਰ ਨਹੀਂ ਦੇ ਸਕਦਾ ਸਾਨੂੰ ਮਹਾਰਾਜ ਨੇ ਉਸੇ ਬਲੀਵ ਸਿਸਟਮ ਤੇ ਝੋਟ ਕਰਦੇ ਆ ਕਿ ਅੱਗੇ ਵਸਤ ਸੰ ਜਾਣੀ ਹੈ ਪਿਤਰੀ ਚੋਰ ਕਰੇ ਤੁਸੀਂ ਆਪ ਤੇ ਠੱਗ ਬਣੇ ਬਣੇ ਆਪ ਤੇ ਚੋਰ ਬਣੇ ਬਣੇ ਤੁਸੀਂ ਆਪਣੇ ਪਿਤਰਾ ਨੂੰ ਵੀ ਚੋਰ ਬਣਾ ਦੱਸ ਹਰਕਤ ਕਰਕੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਜਦੋਂ ਮੁਸਫੀ ਜਿਸ ਨੂੰ ਮਨਸਫ ਕਿਹਾ ਜਾਂਦਾ ਹੈ ਨਿਆਂ ਕਰਨ ਵਾਲਾ ਜਿਸ ਦਿਨ ਨਿਆਂ ਕਰਨ ਵਾਲਾ ਮਨਸਫ ਬੈਠੇਗਾ ਤੇ ਜਿਹੜੇ ਲੋਕ ਇਹੋ ਜੇ ਪ੍ਰਚਾਰ ਪ੍ਰਸਾਰ ਕਰਕੇ ਲੋਕਾਂ ਨੂੰ ਠੱਗੀਆਂ ਲਾਉਂਦੇ ਲੋਕਾਂ ਨੂੰ ਇਹ ਕਹਿੰਦੇ ਕਿ ਤੁਸੀਂ ਆਪਣੇ ਪਿਤਰਾਂ ਦੇ ਨਾਂ ਤੇ ਸਾਨੂੰ ਦੇ ਦਿਓ ਅਸੀਂ ਤੁਹਾਡੇ ਪਿਤਰਾਂ ਦੇ ਹਿੱਸੇ ਦਾ ਲੈ ਲਵਾਂਗੇ ਖਾ ਲਵਾਂਗੇ ਤੇ ਅੱਗੇ ਪਚਾ ਦੇਵਾਂਗੇ ਸਾਹਿਬ ਕਹਿੰਦੇ ਇਸ ਕਿਸਮ ਦੇ ਲੋਕਾਂ ਦੇ ਹੱਥ ਵੱਡੇ ਜਾਣਗੇ ਸਜ਼ਾ ਮਿਲੇਗੀ ਇਹਨਾਂ ਨੂੰ ਵੱਡੀਏ ਹੱਥ ਦਲਾਲ ਕੇ ਇਹ ਦਲਾਲੀ ਕਰਨ ਵਾਲੇ ਹੱਥੇ ਵੱਡੇ ਜਾਣਗੇ ਇਹਨਾਂ ਨੂੰ ਸਜ਼ਾ ਮਿਲੇਗੀ ਮੁਸਫੀ ਇਹ ਕਰੇ ਮਹਾਰਾਜ ਫਿਰ ਅਗਲੇ ਜੋ ਜਹਾਨ ਆ ਜਿਹਦੇ ਬਾਬਤ ਸਾਨੂੰ ਤੇ ਕੋਈ ਖਬਰ ਨਹੀਂ ਹੈ ਉੱਥੇ ਤੇ ਫਿਰ ਬੰਦੇ ਨੂੰ ਕੁਝ ਵੀ ਨਹੀਂ ਮਿਲ ਸਕਦਾ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਤੇ ਬਾਬਾ ਜੀ ਨੇ ਆਪਣੀ ਬਾਣੀ ਚ ਕਿਹਾ ਨਾ ਮਿਲ ਤੇ ਸਕਦਾ ਆ ਤੁਸੀਂ ਪ੍ਰਾਪਤ ਕਰ ਸਕਦੇ ਹੋ ਬਾਬਾ ਜੀ ਕੀ ਮਿਲ ਸਕਦਾ ਹੈ ਕੀ ਪ੍ਰਾਪਤ ਹੋ ਸਕਦਾ ਸਭ ਕਹਿੰਦੇ ਨਾਨਕ ਅੱਗੇ ਸੋ ਮਿਲੇ ਜਿ ਖੱਟੈ ਘਾਲੈ ਦੇ ਅੱਗੇ ਉਹ ਮਿਲੇ ਜਿਹਦੀ ਖੱਟੀ-ਖੱਟੀ ਜਾਏ ਜੋ ਸੰਸਾਰ ਵਿੱਚ ਖੱਟਿਆ ਜਾਏ ਸੰਸਾਰ ਵਿੱਚ ਕੀ ਖੱਟੋਗੇ ਆਪਾਂ ਇੱਕੋ ਸਮੇਂ ਦੋ ਵਿੱਚੋਂ ਇੱਕ ਚੀਜ਼ ਕਮਾ ਸਕਦੇ ਹਾਂ ਆਈਦਰ ਕਿਸੇ ਦੀਆਂ ਅਸੀਸਾਂ ਕਮਾ ਸਕਦੇ ਹਾਂ ਅਦਰਵਾਇਸ ਕਿਸੇ ਦੀਆਂ ਦੁਰ ਅਸੀਸਾਂ ਕਮਾ ਸਕਦੇ ਹਾਂ ਆ ਦੋਈ ਚੀਜ਼ਾਂ ਨੇ ਬੰਦਾ ਕਿਸੇ ਤੋਂ ਪਿਆਰ ਕਮਾ ਸਕਦਾ ਆ ਜਾਂ ਜਾਂ ਕਿਸੇ ਤੋਂ ਨਫ਼ਰਤ ਕਮਾ ਸਕਦਾ ਆ ਬੰਦਾ ਕਿਸੇ ਦਾ ਸਨੇਹ ਮੁਹੱਬਤ ਕਮਾ ਸਕਦਾ ਆ ਬੰਦਾ ਕਿਸੇ ਦੀ ਬੇਗਾਨਗੀ ਕਮਾ ਸਕਦਾ ਹੈ ਬਸ ਇਹੀ ਕਮਾਈ ਆ ਬੰਦੇ ਦੀ ਜੇ ਖੱਟੀ-ਖਟਣੀ ਹੈ ਤੇ ਫਿਰ ਫਿਰ ਆਲੇ-ਦੁਆਲੇ ਦੇ ਭਲੇ ਵਾਸਤੇ ਅਗਰ ਸਰਹੋ ਕਿਸੇ ਲਈ ਆਸਾਨੀ ਪੈਦਾ ਕਰ ਕੰਡੇ ਨਾ ਵੇਚ ਕਿਸੇ ਵਾਸਤੇ ਕਿਸੇ ਦੀਆਂ ਬੁਰਾਈਆਂ ਕਿਸੇ ਦੇ ਸਭ ਚੀਜ਼ਾਂ ਦੇ ਉੱਤੇ ਤਵਕਕਉ ਕਰਕੇ ਤੇ ਉਹਦੇ ਨਾਲ ਦਿਲ ਖਰਾਸ਼ੀ ਨਾ ਕਰ ਬਲਕਿ ਕਰ ਕਿਸੇ ਦਾ ਸੁਧਾਰਵਾਦੀ ਹੋ ਕਿਸੇ ਦਾ ਸਨੇਹਕਾਰ ਹੋ ਇਸ ਕਿਸਮ ਦੀ ਬਾਤ ਕਰ ਇਹ ਤੇਰੀ ਖੱਟੀ ਹੈ ਕਾਲ ਹੈ ਕਾਲ ਵੀ ਇਹੀ ਹੈ ਸਿਰ ਛੱਟ ਕੇ ਜਿਹਨੂੰ ਗੁਰੂ ਸਾਹਿਬ ਦੇ ਸਿ ਹੁਕਮਨਾਮੇ ਚ ਕਈ ਵਾਰੀ ਬਚਨ ਪੜਦੇ ਆ ਸਾਹਿਬ ਕਹਿੰਦੇ ਕਿ ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕਉ ਭੀ ਸੇਵ ਕਰੇ ਇਹ ਕਾਲ ਹੈ ਹਸਤੀ ਸਿਰ ਜਿਉਂ ਅੰਕੁਸ਼ ਹੈ ਹਾਥੀ ਨੂੰ ਅੰਕੁਸ਼ ਚੰਗਾ ਨਹੀਂ ਲੱਗਦਾ ਇਹਦਾ ਦਾਵਾ ਨਾਲ ਜਾਨਵਰ ਹੈ ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਤੁਰੇ ਜੋ ਮਰਜ਼ੀ ਕਰੇ ਜਿੰਨਾ ਮਰਜ਼ੀ ਉਜਾੜੇ ਤੋੜੇ ਜਿਸ ਮਰਜ਼ੀ ਰੂਪ ਦੇ ਵਿੱਚ ਪਰ ਮਹਾਵਤ ਮਹਾਵਤ ਉਹਦੇ ਸਿਰ ਤੇ ਬੈਠਦਾ ਲੋਹੇ ਦਾ ਕੁੰਡਾ ਲੈ ਕੇ ਤੇ ਉਹ ਕੁੰਡਾ ਉਹਦੇ ਸਿਰ ਤੇ ਮਾਰਦਾ ਤੇ ਉਹਨੂੰ ਡਿਸਿਪਲਨਡ ਕਰਦਾ ਉਹਨੂੰ ਕਹਿੰਦਾ ਤੂੰ ਇਸ ਲਾਈਨ ਵਿੱਚ ਹੀ ਤੁਰਨਾ ਹੈ ਤੂੰ ਹੁਣ ਬਹਿ ਜਾਣਾ ਤੂੰ ਖੜੇ ਹੋ ਜਾਣਾ ਇਹਦੇ ਨਾਲ ਇਹਦੇ ਨਾਲ ਹਾਥੀ ਦਾ ਮੁੱਲ ਵੱਧ ਜਾਂਦਾ ਇਹਦੇ ਨਾਲ ਹਾਥੀ ਯੂਸਫੁਲ ਹੋ ਜਾਂਦਾ ਇਦੇ ਨਾਲ ਹਾਥੀ ਆਲੇ-ਦੁਆਲੇ ਦੇ ਕਲਿਆਣ ਵਾਸਤੇ ਭਲੇ ਦੇ ਕੰਮਾਂ ਵਿੱਚ ਲੱਗ ਜਾਂਦਾ ਹੁਣੇ ਸਾਡਾ ਮਨ ਹਾਥੀ ਨੂੰ ਮਾਇਆ ਸ਼ਕਤੀ ਐਸੋ ਦੀ ਇਸ ਸ਼ਕਤੀ ਦੇ ਸਿਰ ਤੇ ਕੁੰਡਾ ਕਿੱਥੇ ਚੰਗਾ ਲੱਗਦਾ ਮਨ ਨੂੰ ਨਾਮ ਦੀ ਮਹਿਮਾ ਨਹੀਂ ਚੰਗੀ ਲੱਗਦੀ ਮਨ ਨੂੰ ਕਿਉਂਕਿ ਨਾਮ ਕੁੰਡਾ ਆ ਨਾਮ ਸਾਡੇ ਮਨ ਨੂੰ ਡਿਸਪਲਨ ਕਰਦਾ ਨਾਮ ਸਾਡੇ ਮਨ ਨੂੰ ਟੋਕਦਾ ਰੋਕਦਾ ਵਰਜਦਾ ਮਨ ਕਹਿੰਦਾ ਨਾ ਮੈਂ ਤੇ ਆਪ ਮੁਹਾਰੇ ਰਹਿਣਾ ਜੋ ਚਾਹਾਂ ਮੂੰਹ ਜੋਰ ਹੋ ਜਾਵਾ ਜੋ ਚਾਹਾਂ ਸੋਚਾਂ ਜੋ ਚਾਹਾਂ ਜਿਸ ਕਿਸਮ ਦੇ ਨਾਲ ਆਪਣੇ ਬਲਵਲੇ ਵਹਿ ਲੈ ਕੇ ਆਵਾ ਕੁੰਡਾ ਸਿਰਤੇ ਹੋਏ ਨਹੀਂ ਜਾਣਾ ਉਸ ਪਾਸੇ ਸੰਸਾਰ ਦੇ ਭਲੇ ਦੀ ਗੱਲ ਕਰਨੀ ਹੈ ਆਪਣੇ ਆ ਕਮੀਆਂ ਖਾਮੀਆਂ ਨੂੰ ਦੂਰ ਕਰਨ ਦੀ ਗੱਲ ਕਰਨੀ ਹੈ ਨਹੀਂ ਇਹੋ ਜੀਆਂ ਸੋਚਾਂ ਸੋਚਣੀਆਂ ਜਿਹੜੀਆਂ ਸੋਚਾਂ ਬਰਬਾਦੀ ਤੇ ਤਬਾਹੀ ਲੈ ਕੇ ਆਉਣ ਤੇਰੇ ਵਾਸਤੇ ਹੋਰਾਂ ਵਾਸਤੇ ਇਹ ਰੂਪਿਆ ਅਸਤੀ ਸਿਰਜਿਓ ਅੰਕੁਸ਼ ਹੈ ਅਹਿਰਨ ਜੋ ਸਿਰਦੇ ਅਹਿਰਨ ਇਸ ਨੂੰ ਅਨਵਿਲ ਕਹਿੰਦੇ ਐਂਗਲਿਸ਼ ਤੇ ਵਿੱਚ ਸਿਕ ਸੋਰਟ ਆਫ ਮੇਕ ਅ ਪੀਸ ਆਫ ਆਇਰਨ ਹੁੰਦਾ ਆ ਆ ਮੋਸਟਲੀ ਜਿਹੜੇ ਖਾਸ ਕਰਕੇ ਮਿਸਤਰੀ ਵਗੈਰਾ ਹੁੰਦੇ ਨੇ ਜਾਂ ਲੋਹਾਰ ਕਹ ਲਓ ਉਹ ਯੂਜ਼ ਕਰਦੇ ਨੇ ਆ ਲੋਹੇ ਨੂੰ ਕਢਣ ਵਾਸਤੇ ਉਦੇ ਉੱਤੇ ਲਗਾਤਾਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਮਰਿਆ ਉਹ ਚੋਟ ਕਰਦਾ ਆ ਉਹ ਲਗਾਤਾਰ ਉਹਦੇ ਉੱਤੇ ਜਿਹੜਾ ਹੈਗਾ ਹੈਮਰਿੰਗ ਹੁੰਦੀ ਹੈ ਤੇ ਜਦੋਂ ਹੈਮਰਿੰਗ ਹੋਏਗੀ ਤਾਂ ਉਹਨੇ ਫਿਰ ਥੋੜਾ ਜਿਹਾ ਵੀ ਸੱਜੇ ਖੱਬੇ ਨਹੀਂ ਹੋਣਾ ਉਹਨੇ ਲੂਜ਼ ਨਹੀਂ ਹੋ ਸਕਦਾ ਉਹ ਕਿਸੇ ਪਾਸੇ ਨੂੰ ਵੀ ਵਿੰਗਾ ਸਿੱਧਾ ਨਹੀਂ ਹੋ ਸਕਦਾ ਜੇ ਹੋਏਗਾ ਤੇ ਫਿਰ ਜੋ ਲੋਹੇ ਦੀ ਚੀਜ਼ ਉਹ ਤੇ ਬਣਾ ਰਿਹਾ ਉਹ ਨਹੀਂ ਬਣੇਗੀ ਇਨ ਬਿਨ ਅਹਰਣ ਜਿਉਂ ਮਤ ਜੋ ਉਸ ਰੂਪ ਦੇ ਵਿੱਚ ਉਸ ਨੂੰ ਅੱਗੇ ਰੱਖਣਾ ਹੈ ਅਸਤੀ ਸਰਜੋਂ ਅੰਕੁਸ਼ ਹੈ ਅਹਰਣ ਸਉਮਤ ਦੇ ਉਹਦੇ ਕੇ ਆਪਣੀ ਮੱਤ ਰੱਖ ਕੇ ਕਢਾਉਣੀ ਹੈ ਜੇ ਆਪਾਂ ਇਸ ਤਰੀਕੇ ਦੇ ਨਾਲ ਉਸ ਨੂੰ ਨਹੀਂ ਕਰਾਂਗੇ ਤੇ ਫਿਰ ਹੋਏਗਾ ਕਿ ਸਾਡੀ ਮੱਤsharpn ਨਹੀਂ ਹੋ ਪਾਏਗੀ ਮਹਾਰਾਜ ਕਹਿੰਦੇ ਇਹ ਹੈ ਕਾਲ ਕਲਣੀ ਇਸ ਨੂੰ ਲਿਟਰਲੀ ਤੌਰ ਤੇ ਕਿਹਾ ਮਨ ਤਨ ਆਗੇ ਰਾਖਕ ਉਭੀ ਸੇਵ ਕਰੇ ਮਨ ਕਰਕੇ ਤਨ ਕਰਕੇ ਗੁਰੂ ਗੁਰੂ ਦਰਸਾਈ ਸਿੱਖਿਆ ਰੱਬ ਰੱਬ ਦਰਸਾਈ ਸੰਦੇਸ਼ ਉਹਨਾਂ ਦੇ ਜ਼ਰੀਏ ਆਪਣੇ ਜੀਵਨ ਨੂੰ ਲਗਾਤਾਰ ਉਸ ਸਮ ਦੇ ਨਾਲ ਟਾਲਣਾ ਤੇ ਚਲਾਣਾ ਇਹ ਕਾਲਿਆ ਮਨ ਤਨ ਆਗੇ ਰੱਖ ਕੇ ਉਹ ਵੀ ਸਿਰ ਛੱਟ ਗਏ ਮੇਰੇ ਗੁਰੂ ਦਾ ਹੁਕਮ ਹੈ ਬਸ ਇਹਨੂੰ ਹੀ ਪਾਲਣਾ ਇਸੇ ਰੂਪ ਵਿੱਚ ਹੀ ਚੱਲਣਾ ਆ ਇਹ ਕਾਲ ਥਾਏ ਪੈਂਦੀ ਹੈ ਇੱਕ ਦਿਨ ਕੀਤੀ ਹੋਈ ਮੁਸ਼ਕਲ ਕੀਤੀ ਹੋਈ ਮਿਹਨਤ ਇੱਕ ਦਿਨ ਰੰਗ ਲੈ ਕੇ ਆਉਂਦੀ ਹੈ ਵਕਾਰਾਂ ਦੇ ਵਿੱਚ ਆਪ ਮੁਹਾਰੇ ਪਨ ਦੇ ਵਿੱਚ ਅਨਡਿਸਿਪਲਿੰਡ ਗੈਰ ਜ਼ਾਬਤਾ ਗੈਰ ਅਨੁਸ਼ਾਸਿਤ ਜ਼ਿੰਦਗੀ ਜਿਹੜੀ ਹੈ ਇਹ ਦੁੱਖ ਸਿਰਜਦੀ ਹੈ ਆਪਾਂ ਥੋੜਾ ਸਿੰਪਲ ਹੀ ਕਰੀਏ ਇਸ ਨੂੰ ਜਿਸ ਨੂੰ ਅਸੀਂ ਗੁਰਮਤਿ ਆਸ਼ਿ ਚ ਪੜਦੇ ਹਾਂ ਕਿ ਜਿਹੜਾ ਬੰਦਾ ਧਾਰਮਿਕ ਰਾਹ ਤੇ ਤੁਰੇ ਉਹਦੀ ਪਹਿਚਾਨ ਇਹ ਹੈ ਕਿ ਅਲਪ ਆਹਾਰ ਸੁਲਪ ਸੀ ਨਿਦਰਾ ਆਹਾਰ ਸੀਮਤ ਖਾਵੇ ਨਿਦਰਾ ਘਟਾਵੇ ਐਕਟਿਵ ਹੋਵੇ ਇਹਦਾ ਬੈਨੀਫਿਟ ਲੌਂਗ ਰਨ ਵਿੱਚ ਬੜਾ ਆ ਤੁਸੀਂ ਖੁਰਾਕ ਤੇ ਧਿਆਨ ਦੇਵੋਗੇ ਤੁਸੀਂ ਰਹਿਣ ਸਹਿਣ ਤੇ ਧਿਆਨ ਦੇਵੋਗੇ ਬਹੁਤ ਸਾਰੀਆਂ ਰੋਗ ਬਿਮਾਰੀਆਂ ਜਿਨ੍ਹਾਂ ਨੇ ਜੀਵਨ ਵਿੱਚ ਥਾਂ ਲੈਣੀ ਸੀ ਆਪਣੇ ਆਪ ਅਲੀਮੀਨੇਟ ਹੋ ਜਾਣਗੀਆਂ ਬਹੁਤ ਸਿੰਪਲ ਜੀ ਚੀਜ਼ ਆ ਬੰਦਾ ਆਪਣੇ ਸੌਣ ਜਾਗਣ ਦਾ ਧਿਆਨ ਕਰੇ ਸਮੇਂ ਨਾਲ ਸੌਣਾ ਸਮੇਂ ਨਾਲ ਜਾਗਣਾ ਜ਼ਿੰਦਗੀ ਦਾ ਬਹੁਤ ਸਾਰਾ ਸਫਰ ਆਸਾਨੀ ਨਾਲ ਕੱਟਿਆ ਜਾਏਗਾ ਸੋ ਇਹ ਬਾਤ ਕੀਤੀ ਗਈ ਕਿ ਇਸ ਚੀਜ਼ ਦੇ ਉੱਤੇ ਧਿਆਨ ਦੇ ਕਾਲ ਹੈ ਇਹ ਲੌਂਗ ਰਨ ਦੇ ਵਿੱਚ ਤੁਹਾਨੂੰ ਇਹਦੇ ਰਿਜ਼ਲਟਸ ਦਿਸਦੇ ਨੇ ਸ਼ਾਰਟ ਟਰਮ ਵਿੱਚ ਤਾਂ ਨਹੀਂ ਇਨੀਸ਼ੀਅਲ ਜਿਹੜਾ ਹੈਗਾ ਆ ਸਵਾਦੀਆ ਬੈਨੀਫਿਟ ਉਹ ਤੇ ਖਾ ਕੇ ਮਿਲਦਾ ਆ ਉਤੇ ਜਿਆਦਾ ਸਮਾਂ ਲੇਜੀ ਹੋ ਕੇ ਸੌਂ ਕੇ ਪੈ ਕੇ ਮਿਲਦਾ ਆ ਬਹਿ ਕੇ ਮਿਲਦਾ ਆ ਪਰ ਲੌਂਗ ਰਨ ਦੇ ਵਿੱਚ ਬੈਨੀਫਿਟ ਬੈਨੀਫਿਟ ਉਹਦੇ ਮੁਸ਼ਕਲ ਕਰਨ ਦੇ ਵਿੱਚ ਆ। ਮਨ ਤਨ ਆਗੇ ਰੱਖ ਕੇ ਉਹ ਵੀ ਸੇਵ ਕਰੇ। ਇਸ ਰੂਪ ਵਿੱਚ ਕਾਲ ਕੀਤੀ ਤੇ ਸਭ ਕਹਿੰਦੇ ਇਹ ਫਲ ਤੇਰੀ ਝੋਲੀ ਪਏਗਾ। ਤੇ ਫਿਰ ਇਹ ਵੀ ਹੈ ਜਿੱਥੇ ਤਨ ਦੇ ਪੱਖ ਤੋਂ ਬੰਦਾ ਵਕਾਰੀ ਹੋ ਜਾਏ, ਲੇਜੀ ਹੋ ਜਾਏ। ਮਨ ਦੇ ਪੱਖ ਤੋਂ ਤੇ ਹੈ ਹੀ ਹੈ, ਮਨ ਦੀ ਦੁਨੀਆ ਤਨ ਨੂੰ ਚਲਾ ਰਹੀ ਹੈ। ਤੇ ਫਿਰ ਮਨ ਦੀ ਦੁਨੀਆ 'ਚ ਇਹੋ ਜਿਹੇ ਹਸਤੀ ਦੇ ਬਾਬਤ ਨਾਮ ਤੇ ਨਾਮ ਜਪਣਾ ਤੇ ਨਾਮ ਨਾਲ ਜੁੜਨਾ। ਇਹ ਤੇ ਬੜੀ ਦੂਰ ਦੀ ਕੌੜੀ ਹੈ ਇਹਦੇ ਤੇ ਭੋਲੀ ਜਾਏ ਬੰਦਾ ਕੋ ਇਹੋ ਜੀ ਐਕਟੀਵਿਟੀ ਨਾਲ ਵੀ ਆਪਣੇ ਆਪ ਨੂੰ ਜੋੜ ਪਾਏਗਾ ਸੋ ਸਾਹਿਬ ਮਹਾਰਾਜ ਨੇ ਕਿਹਾ ਅੱਗੇ ਤੇ ਉਹ ਮਿਲੇਗਾ ਨਾਨਕ ਅੱਗੇ ਸੋ ਮਿਲੇ ਜੇ ਖੱਟਾ ਹੈ ਕਾਲਾ ਹੈ ਦੇ ਦੇ ਦਾ ਮਤਲਬ ਵੀ ਇਹ ਹੈ ਜਿਸ ਨੂੰ ਗੁਰੂ ਬਾਬਾ ਜੀ ਨੇ ਕਿਹਾ ਸੀ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਬੰਦਾ ਕਿਸੇ ਦੇ ਕੰਮ ਆ ਸਕੇ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਸਕੇ ਸਾਡੇ ਕਰਦਾ ਤੇ ਆਈਡੀਅਲ ਇਹ ਹੈ ਗਰੀਬ ਕੀ ਰਸਨਾ ਗੁਰੂ ਕੀ ਗੋਲਖ ਬੰਦਾ ਤਾਂ ਉਮਰ ਆਪਣੇ ਹੀ ਤਨ ਤੇ ਮਹਿੰਗੇ ਮਹਿੰਗੇ ਬਸਤਰ ਸਜਾਂਦਾ ਜੀਵਨ ਬਤੀਤ ਕਰਦੇ ਇਹ ਕੋਈ ਬਹੁਤ ਸੰਘੇਰਾ ਜੀਵਨ ਨਹੀਂਗਾ ਆ ਆਪਣੇ ਤਨ ਤੇ ਮਹਿੰਗੇ ਬਸਤਰ ਪਾ ਲਿਆ ਸਜਾ ਲਿਆ ਪਰ ਉਸ ਤੋਂ ਪਹਿਲਾਂ ਕਿਸੇ ਦੇ ਨੰਗੇ ਬਦਨ ਨੂੰ ਵੀ ਕੱਜਣ ਵਾਸਤੇ ਧਿਆਨ ਦੇ ਕਿਸੇ ਦਾ ਨੰਗੇਜ ਕੱਜਣ ਵਾਸਤੇ ਵੀ ਕੋਈ ਕੰਟਰੀਬਿਊਟ ਕਰ ਆਪ ਖਾਲਾ 36 ਪ੍ਰਕਾਰ ਦੇ ਪਦਾਰਥ ਕਿਨੇ ਰੋਖਿਆ ਆ ਪਰ ਕਿਸੇ ਮੂ ਭੁੱਖੇ ਦੇ ਮੂੰਹ 'ਚ ਵੀ ਕੋ ਨਵਾਲਾ ਪੈਜੇ ਉਹਦੇ ਲਈ ਵੀ ਐਫਰਟ ਪਾ ਥੋੜੀ ਬਹੁਤੀ ਇਹੀ ਧਰਮ ਆ ਇਹੀ ਸੰਸਾਰ ਆ ਆਪ ਡੈਫੀਨਿਟਲੀ ਚੰਗੇਰੇ ਆਰ ਮਕਾਨ ਸਭ ਚੀਜ਼ਾਂ ਵਿੱਚ ਰਹਿ ਪਰ ਕਿਸੇ ਦੇ ਛਰ ਸਰਦ ਸਿਰ ਤੇ ਛਾਂ ਆ ਸਕੇ ਛੱਤ ਆ ਸਕੇ ਉੱਥੇ ਜੇ ਕੋਈ ਕੰਟਰੀਬਿਊਟ ਕਰ ਸਕੇ ਤੇ ਭਾਈ ਉਹ ਵੀ ਥੋੜਾ ਬੋਤਾ ਕਰ ਲੈ ਸੋ ਇਹ ਹੈ ਅਸਲ ਤੇ ਵਿੱਚ ਜੋ ਹੈ ਕਿ ਆਪਣੇ ਹੱਥੋਂ ਕੁਝ ਛੁੜਕ ਕੇ ਉਜਾਲੇ ਦਿਵਾਲੇ ਵੰਡ ਕੇ ਕੁਝ ਜਿਹਨੂੰ ਸ਼ੇਅਰਿੰਗ ਕਹਿੰਦੇ ਨੇ ਜਿਹਨੂੰ ਅਸੀਂ ਵੰਡ ਕੇ ਛਕਣ ਦਾ ਕਨਸੈਪਟ ਕਹਿੰਦੇ ਆ ਬਾਬਾ ਜੀ ਕਹਿੰਦੇ ਇਹਦਾ ਫਲ ਹੈ ਭਾਈ ਇਹ ਮਿਲਦਾ ਆ ਇਹਦੀ ਬਾਤ ਕੀਤੀ ਗਈ ਇਸ ਰੂਪ ਦੇ ਵਿੱਚ ਸੋ ਇਹ ਚੀਜ਼ਾਂ ਜਿਹੜੀਆਂ ਬੇਨਤੀ ਕੀਤੀ ਕਿ ਇਹ ਬੰਦੇ ਦੇ ਨਾਲ ਲੱਭਦੀਆਂ ਇਹ ਨਾਮ ਦੀ ਮਹਿਮਾ ਹੈ ਇਹ ਨਾਮ ਦਾ ਪ੍ਰਤਾਪ ਆ ਇਨਾਮ ਦਾ ਪ੍ਰਭਾਵ ਆ ਬਾਬਾ ਜੀ ਕਹਿੰਦੇ ਨਾਮ ਜਪ ਗੁਰੂ ਵੱਲ ਮੁਹ ਕਰ ਗੁਰੂ ਤੈਨੂੰ ਇਸ ਨਾਮ ਤੇ ਨਾਮੀ ਦਾ ਧਾਰਨੀ ਬਣਾਏਗਾ ਗੁਰੂ ਇਸ ਨਾਮ ਨੂੰ ਦ੍ਰਿੜ ਕਰਾਉਂਦਾ ਇਹ ਜਾਚ ਸਿਖਾਉਂਦਾ ਆਪ ਇਹ ਕਰਮ ਕਰਦਾ ਸਿੱਖਾਂ ਨੂੰ ਕਰਨ ਵਾਸਤੇ ਪ੍ਰੇਰਦਾ ਸਿਸ ਰੂਪ ਵਿੱਚ ਸਾਡੇ ਕੋਲੇ ਗੁਰੂ ਵਿਰਾਸਤ ਦੀ ਚੀਜ਼ ਆਈ ਇੱਥੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸਦਾ ਨਿਭ ਹੈ ਚੱਲੇ ਤੇਰੇ ਨਾਲੇ ਉਹ ਫਿਰ ਚੱਲਾ ਤੇਰੇ ਨਾਲ ਉਹ ਤੇਰੇ ਨਾਲ ਫਿਰ ਨਿਭ ਜਾਂਦਾ ਉਸ ਰੂਪ ਦੇ ਵਿੱਚ ਤੇ ਬਚਨ ਅਸੀਂ ਇਹ ਪੜਦੇ ਹਾਂ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਕਿ ਇਹ ਮਨਾ ਚੇਤੇ ਰੱਖੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਜਿੱਥੇ ਨਾ ਮਾਂ ਨਾ ਪਿਤਾ ਨਾ ਸੁਤ ਨਾ ਕੋਈ ਹੋਰ ਰਿਸ਼ਤੇ ਨਾਤਾ ਨਿਭਦਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਮਨਾ ਉਥੇ ਤੇਰਾ ਨਾਮ ਸੰਗੀ ਬਣ ਜਾਂਦਾ ਆ ਉਥੇ ਤੇਰਾ ਨਾਮ ਸਾਥੀ ਬਣ ਜਾਂਦਾ ਤੇ ਆਮ ਜੀਵਨ ਵਿੱਚ ਅਸੀਂ ਇਹ ਚੀਜ਼ਾਂ ਕਈ ਵਰੀ ਅਹਿਸਾਸ ਲੈਨੇ ਆ ਮੈਨੂੰ ਯਾਦ ਆ ਇੱਥੇ ਕੋਰੀ ਮੈਂ ਡਾਊਨ Town ਹਸਪੀਟਲ ਵਿਜ਼ਿਟ ਕਰਨ ਵਾਸਤੇ ਗਿਆ ਸੀਗਾ ਤੇ ਉਥੇ ਕੋਈ ਸਜਣ ਸੀਗੇ ਏਜ ਸੀਗੇ ਕਾਫੀ ਤੇ ਉਹਨਾਂ ਦੇ ਕੁਝ ਹਾਰਟ ਰਿਲੇਟਡ ਇਸ਼ੂ ਸੀਗੇ ਤੇ ਉਹਦੇ ਵਾਸਤੇ ਉਹਨਾਂ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਕਰਨੀਆਂ ਸੀਗੀਆਂ ਅੱਜ ਕੱਲ ਤੇ ਉਹ ਜਿਹੜਾ ਖਾਸ ਕਰਕੇ ਆਮ ਹਾਰਟ ਦੀ ਆਰਟਰੀਜ਼ ਨੂੰ ਖੋਲਣ ਵਾਸਤੇ ਉਹਨਾਂ ਚ ਕੋ ਸਿਸਟਮ ਪਾਉਂਦੇ ਨੇ ਤੇ ਉਹ ਗੱਲਾਂ ਕਰਦਿਆਂ ਕਰਦਿਆਂ ਹੀ ਲੇਜ਼ਰ ਦੇ ਨਾਲ ਸਭ ਕੁਝ ਕਰ ਦਿੰਦੇ ਥੋੜੀ ਪੁਰਾਣੀ ਗੱਲ ਹੈ ਉਸ ਸਮੇਂ ਥੋੜਾ ਜਿਹਾ ਪ੍ਰੋਸੀਜਰ ਹਾਰਡ ਹੁੰਦਾ ਸੀਗਾ ਤੇ ਉਨਾਂ ਨੂੰ ਥੋੜਾ ਅਨਸਥੀਸ਼ੀਆ ਵਗੈਰਾ ਦਿੱਤਾ ਕਿਉਂਕਿ ਉਹ ਡਰ ਵੀ ਰਹੀ ਸੀ ਤੇ ਉਹਦੇ ਦੌਰਾਨ ਹੀ ਜਦੋਂ ਉਹਨਾਂ ਨੇ ਉਹਨਾਂ ਨੂੰ ਕਰ ਦਿੱਤਾ ਤੇ ਕਰਨ ਤੋਂ ਬਾਅਦ ਜਦੋਂ ਹੋਸ਼ ਆ ਰਿਹਾ ਸੀਗਾ ਤੇ ਉਸੇ ਹੋਸ਼ ਆਉਣ ਦੇ ਦੌਰਾਨ ਹੀ ਉਹਨਾਂ ਨੂੰ ਸਟ੍ਰੋਕ ਹੋ ਗਈ। ਉਹਨਾਂ ਸੋਚਿਆ ਅਨਸਥੀਸ਼ੀਆ ਦਾ ਅਸਰ ਆ ਤੋ ਅਨਸਥੀਸ਼ੀਆ ਦਾ ਅਸਰ ਨਹੀਂ ਸੀਗਾ बेहोਸ਼ੀ ਦੀ ਦਵਾਈ ਦਾ ਅਸਰ ਨਹੀਂ ਸੀਗਾ ਅਸਲ ਤੇ ਚ ਬੰਦਾ ਤੇ ਸਟ੍ਰੋਕ ਕਰਕੇ ਉਹ ਪ੍ਰੋਬਲਮ ਐ ਸੀਗਾ। ਹਰ ਲੰਬਾ ਸਮਾਂ ਲੱਗ ਗਿਆ ਜਿੰਨੇ ਨੂੰ ਹੋਸ਼ ਆਇਆ ਤੇ ਪਤਾ ਲੱਗਾ ਇੱਕ ਹਿੱਸਾ ਆਲਮੋਸਟ ਪੈਰਲਾਈਜ਼ ਹੋ ਗਿਆ ਉਹਦਾ ਤੇ ਉਹਨੋਂ ਉਹਦੇ ਤੋਂ ਗੱਲ ਨਹੀਂ ਹੋ پا ਰਹੀ ਮਤਲਬ ਜਦੋਂ ਬੰਦਾ ਐਨਸਥੀਸ਼ੀਆ ਲੈ ਕੇ ਆਇਆ ਉਹ ਬੋਲ ਵੀ ਰਿਹਾ ਸੀ ਉਹ ਠੀਕ ਠਾਕ ਵਾਕ ਕਰਕੇ ਗਿਆ ਆਇਆ ਜਦੋਂ ਹੁਣ ਉਹ ਹੋਸ਼ੇ ਚ ਆਇਆ ਤੇ ਹੁਣ ਉਹ ਕਿਸੇ ਕਾਬਲ ਵੀ ਨਹੀਂ ਰਿਹਾ ਮੂੰਹ ਵੀ ਵਿੰਗਾ ਹੋ ਗਿਆ ਗੱਲ ਨਹੀਂ ਹੋ پا ਰਹੀ ਐਸੀ ਹਾਲਤ ਆ ਫੈਮਿਲੀ ਦੇ ਜੀ ਨੇ ਆਲੇ ਦਿਵਾਲੇ ਬੱਠ ਉਹ ਹੋ ਕੇ ਵੀ ਨਾ ਹੋਇਆ ਵਰਗੇ ਨੇ ਉਨ ਕੋੜਾ ਦਰਦ ਉਹਦੀ ਦਰਦ ਨੂੰ ਕੌਣ ਸਮਝੇ ਉਹਦੀ ਹਾਲਤ ਨੂੰ ਕੌਣ ਸਮਝੇ ਖੈਰ ਡਾਕਟਰਸ ਨੂੰ ਵੀ ਇਹ ਸਭ ਕੁਝ ਪ੍ਰੋਪਰਲੀ ਅੰਡਰਸਟੈਂਡ ਕਰਨ ਵਾਸਤੇ ਇਟ ਟੁਕ ਅ ਵਾਈਲ ਇਟ ਟੁਕ ਅ ਲिटल ਟਾਈਮ THEN ਡਾਕਟਰਸ ਰੈਲਾਈਜ਼ਡ oh it happened so that's why it's not the body is not responding on that level ਖੈਰ ਇਥੇ ਸਿਸਟਮ ਹੈਗਾ ਆ ਤੁਸੀਂ ਥੋੜਾ ਡਾਕਟਰ ਜੀ ਨੂੰ ਲਿਸਨ ਕਰੋ ਥੋੜਾ ਤਰੀਕੇ ਨਾਲ ਚੱਲੋ ਤੇ ਚੀਜ਼ਾਂ ਵਾਪਸ ਬੋੜ ਵੀ ਆਉਂਦੀਆਂ ਨੇ ਖੈਰ ਆਪਣੀ ਜਿਹੜੀ ਸਿਹਤ ਆਪਦਾ ਸੀਗੀ ਸਮਾ પા ਕੇ ਉਹਨਾਂ ਨੇ ਰਿਵਾਈਵ ਕੀਤੀ ਕਾਫੀ ਹੱਦ ਤੱਕ ਪਹਿਲਾਂ ਤਾਂ ਨਹੀਂ ਕਰ पाए ਪਰ ਮੁੜ ਕੇ ਉਹ ਕਾਫੀ ਹੱਦ ਤੱਕ ਜਿਹੜੀ ਸਿਹਤ ਵਾਪਸ ਆ ਗਈ ਉਹਨਾਂ ਰਿਵਾਈਵ ਕਰ ਗਏ ਉਸ ਰੂਪ ਦੇ ਵਿੱਚ ਮੁੜ ਕੇ ਮੇਰੀਆਂ ਖੂਬ ਚਰਚਾਾਂਵਾਂ ਹੋਈਆਂ ਗੱਲਾਂ ਬਾਤਾਂ ਹੋਈਆਂ ਉਹ ਕਹਿੰਦੇ ਕਿ ਗੱਲ ਇਹ ਆ ਡਾਕਟਰ ਨਾਲ ਵੀ ਬਾਅਦ ਚ ਮੇਰੀ ਗੱਲ ਹੋਈ ਡਾਕਟਰ ਕਹਿੰਦੇ ਕਿ ਅਸੀਂ ਪਹਿਲਾਂ ਤੇ ਰਿਅਲਾਈਜ਼ ਕੀਤਾ ਕਿ ਹੋ ਸਕਦਾ ਹੁਣ ਨੂੰ ਹਾਰਟ ਅਟੈਕ ਵਗੈਰਾ ਦੁਬਾਰਾ ਹੋ ਜਾਏ ਕਿਉਂਕਿ ਦੀ ਬਾਡੀ ਜਿਸ ਕਿਸਮ ਦੇ ਨਾਲ ਕੈਮੀਕਲਸ ਬਦਲ ਰਹੇ ਨੇ ਉਸ ਰੂਪ ਦੇ ਵਿੱਚ ਕਬਰਾ ਆ ਗਿਆ ਕਬਰਾਹਟ ਵਿੱਚੋਂ ਹੀ ਚੀਜ਼ਾਂ ਹੁੰਦੀਆਂ ਨੇ ਸੋ ਸਾਡਾ ਸੀਗਾ ਕਿਸੇ ਤਰੀਕੇ ਨਾਲ ਡਾਕਟਰ ਕਹਿੰਦੇ ਸੀ ਇਸ ਨੂੰ ਕੰਮ ਰੱਖਣਾ ਸੀ ਸਭ ਕੁਝ ਪਰ ਫਰ ਵਾਈਲ ਯਰ ਬਾਡੀ ਵਾਸ ਰੀਐਕਟਿੰਗ ਵੈਰੀ ਐਚਚਲੀ ਡਿਫਰੈਂਟਲੀ ਵੈਰੀ ਯੂ ਕੈਨ ਸੇ ਇਨ ਏ ਹੈਕਟਿਕ ਵੇ ਐਂਡ ਇਨ ਵੈਰੀ ਕਾਈਂਡ ਆਫ ਜਿਹਨੂੰ ਕਹਿ ਲੋ ਕਿ ਸਟ੍ਰੈਸਡ ਵੇ ਬਟ ਆਫਟਰ ਥੈਟ ਇਟ ਵਾਸ ਗੈਟਿੰਗ ਵੈਰੀ ਕਾਮ ਐਂਡ ਸੂਦਿੰਗ ਡਾਊਨ ਐਂਡ ਡਿਊ ਟੂ ਥੈਟ ਰੀਜ਼ਨ ਵੀ ਵਰ ਏਬਲ ਟੂ ਪ੍ਰੋਵਾਈਡ ਯੂ ਪ੍ਰੋਪਰ ਟ੍ਰੀਟਮੈਂਟ ਐਂਡ ਥੈਟ ਵਾਸ ਦ ਮੇਨ ਰੀਜ਼ਨ ਨਾਓ ਯੂ ਆਰ ਫੀਲਿੰਗ ਹੈਲਦੀ ਇਹ ਉਹਨਾਂ ਨੇ ਕਿਹਾ ਤੇ ਉਹ ਕਹਿੰਦੇ ਕਿ ਹੋਇਆ ਕਿ ਕਹਿੰਦੇ ਹੋਇਆ ਹੈ ਕਿ ਸ਼ੁਰੂਆਤ ਵਿੱਚ ਤੇ ਮੈਨੂੰ ਬੜਾ ਬੜਾ ਉਖਾ ਹੋਇਆ ਕਿ ਉਹ ਹੋ 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 ਫੇ ਮੇਰੇ ਬੱਚੇ ਕੋਲ ਨੇ ਮੇਰਾ ਪਰਿਵਾਰ ਕੋਲ ਹੈ ਡਾਕਟਰ ਕੋਲ ਨੇ ਮੇਰੀ ਕੋਈ ਕਿਉਂ ਨਹੀਂ ਕੋਈ ਹੈਲਪ ਕਰ ਪਾ ਰਿਹਾ ਮੈਂ ਬੜਾ ਤਰਲੁਮੱਛੀ ਹੋਇਆ ਸਭ ਰੂਪਾਂ ਦੇ ਵਿੱਚ ਮੁੜ ਕੇ ਅਹਿਸਾਸ ਹੋਇਆ ਕਿ ਉਹ ਵਾਕਿਆ ਹੀ ਰੱਬ ਦੇ ਨਾਮ ਤੋਂ ਬਿਨਾਂ ਤੇ ਕੋਈ ਸਹਾਰਾ ਨਹੀਂ ਹੈਗਾ ਇਹ ਹੋ ਕੇ ਵੀ ਕੋਲ ਨਾ ਹੋਇਆ ਵਰਗੇ ਨੇ ਮੈਨੂੰ ਕੀ ਹੋ ਰਿਹਾ ਆ ਇਹਨਾਂ ਨੂੰ ਨਹੀਂ ਸਮਝ ਲੱਗ ਰਹੀ ਮੈਨੂੰ ਖੁਦ ਨਹੀਂ ਸਮਝ ਲੱਗ ਰਹੀ ਖੈਰ ਕਹਿੰਦੇ ਫਿਰ ਮੈਂ ਆਪਣੇ ਅੰਦਰ ਹੀ ਆਪਣੇ ਆਪ ਨਾਲ ਗੱਲ ਕਰਨੇ ਸ਼ੁਰੂ ਕੀਤੀ ਤੇ ਸੱਚ ਇਹ ਹੈ ਮੈਂ ਆਪਣੇ ਆਪ ਨੂੰ ਬਾਣੀ ਵਾਲੇ ਪਾਸੇ ਤੋਰਿਆ ਮੈਂ ਕਿਹਾ ਸ਼ਾਇਦ ਇਹੀ ਰੱਬ ਦੀ ਮਰਜ਼ੀ ਹੈ ਐਂਡ ਥਿਸ ਇਜ਼ ਮਾਈ ਐਕਚੁਅਲੀ ਡੈਸਟੀਨੀਅਮ ਗੋਨਲ ਗੋ ਲਾਈਕ 댓 ਸੋ लेट्स ਹੈਵ ਇਸ ਚੀਜ਼ ਜਦ ਤੇ ਆਪਣੇ ਆਪ ਨੂੰ ਸਮੇਟੇ ਆ ਜਾਏ ਕਹਿੰਦੇ ਬਸ ਕਰਨ ਦੀ ਦੇਰ ਹੋਈ ਆ ਵਾਸ ਟੋਟਲੀ ਕਾਂ ਇਹ ਜਿਹੜੀ ਚੀਜ਼ ਹੈ ਜਿਹੜਾ ਬਚਨ ਅਸੀਂ ਪੜ ਰਹੇ ਸੀਗੇ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਇਹ ਬੜਾ ਵੱਡਾ ਸੱਚ ਹੈ ਗੁਰੂ ਬਾਬਾ ਜੀ ਕਹਿੰਦੇ ਸਦਾ ਨਿਭ ਹੈ ਚੱਲੇ ਤੇਰੇ ਨਾਲ ਰਹਾਓ ਏ ਮੇਰੇ ਮਨ ਗੁਰੂਵਲ ਮੂੰ ਕਰ ਕੇ ਇਸ ਨਾਮ ਦੀ ਮਹਿਮਾ ਨਾਲ ਮੰਨਤ ਹੋ ਕੇ ਰੋ ਸ਼ੁਰੂਆਤੀ ਪਦੇ ਨੇ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰੂ ਆਸ਼ੇ ਮੁਤਾਬਕ ਚੱਲਣ ਦੇ ਨਾਲ ਸੱਚੇ ਸੰਜਮ ਦਾ ਪਤਾ ਲੱਗਦਾ ਹੈ ਵੈਸੇ ਆਪੋ ਆਪਣਾ ਸੰਜਮ ਸਾਰੇ ਰੱਖਦੇ ਨੇ ਸਭ ਦਾ ਆਪੋ ਆਪਣਾ ਡਿਸਪਲਨ ਸੰਜਮ ਮੀਨ ਡਿਸਪਲਨ ਹੁੰਦਾ ਆ ਅਸੀਂ ਕ੍ਰਾਈਟੇਰੀਆ ਬਣਾਉਨੇ ਆ ਕਿਸੇ ਨੇ ਕੁਝ ਬਣਾਇਆ ਕਿਸੇ ਨੇ ਕੁਝ ਬਣਾਇਆ ਪਰ ਜਿਹੜੇ ਤਤ ਗਿਆਨ ਦਾ ਸੰਜਮ ਹੈ ਰੀਅਲ ਸੰਜਮ ਹੈ ਜਿਹੜਾ ਵਾਕਿਆ ਚੀ ਮਨੁੱਖ ਨੂੰ ਮਨੁੱਖ ਬਣਾਉਂਦਾ ਉਹ ਗੁਰੂ ਹੀ ਸਿਖਾਉਂਦਾ ਗੁਰੂ ਸੰਸਥਾ ਦੇ ਵਿੱਚ ਆ ਕੇ ਜੁੜ ਕੇ ਬੰਦੇ ਨੂੰ ਪਤਾ ਲੱਗਦਾ ਕਿ ਕੀ ਅਪਣਾਣ ਯੋਗਿਆ ਕੀ ਛੱਡਣ ਯੋਗਿਆ ਕੀ ਕਰਨ ਯੋਗਿਆ ਕੀ ਨਾ ਕਰਨ ਯੋਗਿਆ ਗੁਰਮੁਖ ਸੱਚ ਸੰਜਮ ਤਤ ਗਿਆਨ ਗੁਰਮੁਖ ਸਾਚੇ ਲਗਾ ਧਿਆਨ ਗੁਰੂ ਦੇ ਨੇੜੇ ਆ ਕੇ ਪਤਾ ਲੱਗਦਾ ਕਿ ਅਸਲ ਵਿੱਚ ਧਿਆਨ ਕਿੱਥੇ ਜਾਣਾ ਚਾਹੀਦਾ ਆ ਸੱਚ ਚ ਧਿਆਨ ਰਹੇ ਅਦਰਵਾਇਜ਼ ਸਾਡਾ ਬਹੁਤਾ ਧਿਆਨ ਖੰਡਿਤ ਕਰਦੇ ਨੇ ਸੰਸਾਰ ਦੇ ਫਿਕਰ ਸੰਸਾਰ ਦੀਆਂ ਚਿੰਤਾਵਾਂ ਤੇ ਹਾਲਾਂਕਿ ਅਸੀਂ ਆਪ ਵਕਤੀ ਤੌਰ ਤੇ ਧਿਆਨ ਤੇ ਸੰਸਾਰ ਤੇ ਕਿਹੜਾ ਸਦਾ ਰਹਿਣ ਵਾਲੀ ਚੀਜ਼ ਆ ਇਸ ਕਰਕੇ ਬੰਦੇ ਇਹਦੇ ਮਗਰ ਜਿਆਦਾ ਨਾ ਦੌੜੇ ਇਨੋ ਕਿ ਆਤਵਤ ਕੋ ਤਾਵਾ ਬਹੁਪਾਂਤ ਕਰ ਇੱਕ ਚੀਜ਼ ਅੱਗੇ ਭੱਜ ਰਹੀ ਉਹਦੇ ਮਗਰ ਇੱਕ ਦੂਸਰੀ ਚੀਜ਼ ਭੱਜ ਰਹੀ ਹੈ ਪਹਿਲੀ ਨੇ ਰੁਕਣਾ ਨਹੀਂ ਦੂਸਰੀ ਕਿ ਨਹੀਂ ਰੁਕ ਪਾਏਗੀ ਜਦੋਂ ਆਪਣਾ ਛਾਵਾਂ ਫੜਨ ਦੀ ਯਤਨ ਕਰੇਗੀ ਤੇ ਸੋ ਇਹ ਹੈ ਬਹੁਤ ਜ਼ਿਆਦਾ ਸੰਸਾਰ ਦੇ ਬਾਬਤ ਚਿੰਤਾਤੂਰ ਹੋਣਾ ਫਿਕਰਮੰਦ ਹੋਣਾ ਇਹ ਕੋਈ ਹੈਲਦੀ ਚੀਜ਼ ਨਹੀਂ ਹੈ ਹਾਂ ਜਿੰਨਾ ਕਿ ਤੁਹਾਡਾ ਹਿੱਸਾ ਬਣਦਾ ਉਹ ਹਿੱਸਾ ਆਪਣੇ ਤਰੀਕੇ ਨਾਲ એનર્ਜੀ ਨੂੰ ਉਸ ਪਾਸੇ ਲਗਾਓ ਰੋਲ ਆਪਣਾ ਪਲੇ ਕਰੋ ਨਾ ਕੀ ਮਦਰਨੇਚਰ ਦਾ ਜੋ ਲਾ ਆ ਜੋ ਕਰਤਾਰ ਦਾ ਹੁਕਮ ਆ ਸਾਬ ਕਹਿੰਦੇ ਗੁਰਮੁਖ ਸਾਚੇ ਲੱਗੈ ਧਿਆਨ ਜਿਹੜਾ ਗੁਰੂ ਅਨਸਾਰੀ ਹੁੰਦਾ ਉਹਦਾ ਧਿਆਨ ਫਿਰ ਸਹੀ ਜਗ੍ਹਾ ਤੇ ਚਲਾ ਜਾਂਦਾ ਸੱਚ ਚ ਚਲਾ ਜਾਂਦਾ ਗੁਰਮੁਖ ਜਾਤ ਪਾਤ ਸੱਚ ਸੋਏ ਜਾਤ ਪਾਤ ਮਾਨ ਮਨਵਰ ਸੰਸਾਰ ਦਾ ਜਿਹੜਾ ਆ ਅਸੀਂ ਆਪਣੇ ਆਪ ਨੂੰ ਇੱਕ ਕੁਝ ਬਲਾ ਸਮਝਦੇ ਆ ਆਲਾ ਦਵਾਲਾ ਉਸ ਨੂੰ ਉਸ ਤਰੀਕੇ ਨਾਲ ਐਕਸੈਪਟ ਕਰ ਲੈ ਰਿਕਗਨਾਈਜ਼ ਕਰ ਲੈ ਖੁਸ਼ੀ ਮਿਲਦੀ ਏ ਰਿਜੈਕਟ ਕਰ ਦੇ ਦੁਖੀ ਹੁੰਨੇ ਆ ਇਹੀ ਹੈ ਮਾੜੀ ਜੀ ਵੀ ਰਿਜੈਕਸ਼ਨ ਆਉਂਦੀ ਏ ਵੀ ਕੈਨ ਨਾਟ ਐਕਸੈਪਟ ਇਟ ਵੀ ਕੈਨ ਨਾਟ ਟੋਲਰੇਟ ਇਟ ਐਂਡ ਡਿਊ ਟੂ ਥੈਟ ਰੀਜ਼ਨ ਇਫ ਵੀ ਹੈਵ ਵੌਇਸ ਓਵਰ देयर ਵੀ ਡੈਫੀਨਿਟਲੀ ਵਿਲ ਸਪੀਕ ਅਦਰਵਾਇਜ਼ ਵੀ ਗੋਣਾ ਕੀਪ ਔਨ ਸਫਰਿੰਗ ਇਨਸਾਈਡ ਐਂਡ ਜਸਟ ਕੀਪ ਔਨ ਥਿੰਕਿੰਗ ਔਨ ਡਿਫਰੈਂਟ ਲੈਵਲਸ ਜੇ ਉਹ ਅੰਦਰੇ ਅੰਦਰੋਂ ਅੰਦਰੇ ਕੁਰਜਨਾ ਕਹਿੰਨੇ ਹਾਸੇ ਬਾਬਾ ਜੀ ਕਹਿੰਦੇ ਜਿਹੜਾ ਗੁਰੂ ਆਸ਼ੇ ਮੁਤਾਬਕ ਹੋ ਗਿਆ ਜਾਤ ਪਾਤ ਸੱਚ ਸੋਏ ਸਹੀ ਜਾਤ ਪਾਤ ਦਾ ਪਤਾ ਲੱਗ ਗਿਆ ਉਹਨੂੰ ਸਹੀ ਆਪਣੀ ਕਲਾਸ ਦਾ ਪਤਾ ਲੱਗ ਗਿਆ ਕਿਸੇ ਦੇ ਕਹਿਣ ਜਾਂ ਨਾ ਕਹਿਣ ਦੇ ਨਾਲ ਮੇਰੀ ਇੱਜ਼ਤ ਨਾ ਬਣਦੀ ਨਾ ਕੱਟਦੀ ਇਹ ਤੇ ਮੇਰੀ ਆਪਣੇ ਗੁਰੂ ਦੀ ਮੰਦਸੀ ਹੋਈ ਸਿੱਖਿਆ ਦੇ ਮੁਤਾਬਕ ਆ ਕਿ ਮੈਂ ਕਿੱਥੇ ਖੜਾ ਆ ਜੇ ਮੇਰੇ ਕੰਮ ਸਵਰਣ ਨੇ ਮੈਂ ਸਵਰਣ ਆ ਜੇ ਮੇਰੇ ਕੰਮ ਹੀ ਮਤਲਬ ਸੁੱਟ ਪਾਉਣ ਵਾਲੇ ਨੇ ਫਿਰ ਮੈਂ ਆਪਣੇ ਆਪ ਵਿੱਚ ਹੀ ਅਛੂਤ ਆ ਉਹਦੀ ਬਾਤ ਕੀਤੀ ਗਈ ਗੁਰਮੁਖ ਅੰਤਰ ਸਖਾਈ ਪ੍ਰਭ ਸੋਏ ਗੁਰੂ ਆਸ਼ੇ ਮੁਤਾਬਕ ਚੱਲਣ ਵਾਲਾ ਅੰਤਰ ਸਖਾਈ ਆਪਣੇ ਆਪ ਦਾ ਸਖਾ ਬਣ ਜਾਣਾ ਮਿੱਤ ਬਣ ਜਾਣਾ ਬੰਦਾ ਬਾਹਰੋਂ ਮਿੱਤ ਬਹੁਤ ਲੱਭਦਾ ਮੇਰਾ ਸਾਥੀ ਬਣ ਜਾਏ ਮੇਰਾ ਸਾਥੀ ਬਣ ਜਾਏ ਸਭ ਕਹਿੰਦੇ ਆਪਣਾ ਸਾਥੀ ਆਪ ਹੀ ਬਣਦਾ ਹੈ ਅੰਤਰ ਸਖਾਈ ਪ੍ਰਭ ਹੋਏ ਫਿਰ ਅੰਤਰ ਸਖਾ ਪ੍ਰਭ ਹੋ ਜਾਂਦਾ ਹੈ ਗੁਰਮੁਖ ਜਿਸਨੋ ਆਪ ਕਰੇ ਸੋ ਹੋਏ ਬਾਕੀ ਹਾਂ ਇਹ ਵੀ ਹੈ ਕਿ ਜਿਸਨੂੰ ਤਰਸ ਕਰੇ ਅਕਾਲ ਪੁਰਖ ਵੈਗਰੂ ਉਹ ਗੁਰੂ ਆਲਾ ਹੁੰਦਾ ਉਹ ਗੁਰੂ ਆਸ਼ੇ ਮੁਤਾਬਕ ਟਲਦਾ ਗੁਰਮੁਖ ਆਪ ਵਡਾਈ ਦੇਵੇ ਸੋ ਇਹ ਵਡਿਆਈ ਹੈ ਇਹ ਜੀਵਨ ਦੀ ਬੜੀ ਵੱਡੀ ਨਵਾਜਿਸ਼ ਹੈ ਪਰ ਇਹ ਵੀ ਮਾਲਕ ਆਪ ਤਰਸ ਕਰੇ ਤਾਂ ਮਿਲਦੀ ਹੈ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਮਹਾਰਾਜ ਗੁਰੂ ਅਰਦਾਸ ਸਾਹਿਬ ਇਹ ਬਾਤ ਸਾਰੀ ਠੀਕ ਹੈ ਅਸੀਂ ਕੀ ਕਰਨਾ ਸਬ ਕਹਿੰਦੇ ਸ਼ਬਦ ਸੱਚ ਕਰਨੀ ਸਾਰ ਜੀਵਨ ਦੀਆਂ ਸਾਰੀਆਂ ਕਰਨੀਆਂ ਸਾਰੇ ਧਰਮ ਕਰਮ ਦਾ ਜਿਹੜਾ ਸਾਰਿਆ ਉਹ ਸ਼ਬਦ ਆ ਇਹਨੂੰ ਪਕੜ ਲੈ ਜਿੱਥੇ ਸ਼ਬਦ ਦੀ ਸਿੱਖਿਆ ਜੀਵਨ ਵਿੱਚ ਤੇਰੇ ਚ ਢੱਲੇਗੀ ਆਧਾਰ ਬਣੇਗੀ ਜੀਵਨ ਦੇ ਵਿੱਚ ਅਮਾਜ ਆਏਗੀ ਸਮਝ ਤੂੰ ਸਭ ਤੋਂ ਉੱਚੀ ਕਰਨੀ ਨਾਲ ਜੁੜ ਗਿਆ ਗੁਰਮੁਖ ਸ਼ਬਦ ਸੱਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਹੈ ਸਾਧਾਰ ਇਕੱਲਾ ਆਪ ਨਹੀਂ ਪਰਿਵਾਰ ਹੈ ਸਾਧਾਰ ਪੂਰੇ ਪਰਿਵਾਰ ਦਾ ਉਧਾਰ ਕਰ ਸਕਣਾ ਆਲੇ ਦੁਆਲੇ ਦਾ ਕਲਿਆਣ ਕਰ ਸਕਣਾ ਜੇ ਤੂੰ ਸ਼ਬਦ ਦੇ ذریعے ਆਪਣੇ ਆਪ ਨੂੰ ਗੁਰੂ ਮੁਤਾਬਕ ਲੈ ਆਵੇਂ ਤੇ ਬੜੇ ਅਗੰਮੀ ਬਚਨ ਨੇ ਮਹਾਰਾਜ ਬਖਸ਼ਿਸ਼ ਕਰਨ ਇਹਨਾਂ ਦਾ ਅਸਰ ਸਾਡੇ ਜੀਵਨ ਦੇ ਸਾਡੀ ਸੋਚ ਤੇ ਹੋਵੇ ਇਹਨੀਆਂ ਗੁਬੰਤੀਆਂ ਨਾਲ ਖਿਮਾ ਇਥੇ ਸਮਾਪਤੀ ਕਰਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ